ਇਹ ਚੀਜ਼ ਬਹੁਤ ਵਧੀਆ ਲੇਕਿਨ ਇਸ ਨੂੰ ਅਸੀਂ ਵਰਤ ਨਹੀਂ ਸਹੀ ਰਹੇ। ਇਹਦੇ ਵਿੱਚ ਵੀ ਸਾਨੂੰ ਇੱਕ ਇਲੈਕਟ੍ਰੋਨਿਕ ਕ੍ਰੈਡਿਟ ਕਾਰਡ ਮਿਲਦਾ ਲੇਕਿਨ ਅਸੀਂ ਕਦੇ ਜਾ ਕੇ ਬੈਂਕਾਂ ਕੋਲ ਪੁੱਛਿਆ ਹੀ ਨਹੀਂ। ਪੁੱਛੀਏ ਵੀ ਕਿਵੇਂ ਸਾਰੀ ਰਕਮ ਤੇ ਇੱਕ ਵਾਰੀ ਯੂਜ਼ ਕੀਤੀ ਜੀ ਅਸੀਂ। ਜਿਹਦੀ ਜਦੋਂ ਵੀ ਲਿਮਟ ਬਣੀ ਏ ਉਹਨੇ ਉਦੋਂ ਦਾ ਹੀ ਉਹ 5 ਲੱਖ ਯੂਜ਼ ਕੀਤਾ। ਮੁੜ ਕੇ 20 ਸਾਲ ਹੋ ਗਏ ਨੇ ਬਸ ਭਰੀ ਜਾਣੇ ਆ, ਕਢਾਈ ਜਾਣੇ ਆ, ਭਰੀ ਜਾਣੇ ਆ, ਕਢਾਈ ਜਾਣੇ। ਸੱਚੀ ਗੱਲ ਦੋਸਤੋ, ਸਭ ਤੋਂ ਪਹਿਲਾਂ ਤੇ ਇੱਕ ਗਾਣੇ ਦੀ ਲਾਈਨ ਸੁਣਿਓ। ਬੈਂਕਾਂ ਦੀਆਂ ਲਿਮਟਾਂ ਪਰ ਪੱਕੇ ਨੇ ਬੈਂਕਾਂ ਦੀਆਂ ਲਿਮਟਾਂ ਵਰਗੇ ਆੜੀ ਸਾਡੇ ਪੱਕੇ ਨੇ ਬੈਂਕਾਂ ਦੀਆਂ ਲਿਮਟਾਂ ਤੁਹਾਡੀਆਂ ਬਣੀਆਂ ਹੋਣੀਆਂ ਕਿਸਾਨ ਵੀਰਾਂ ਦੀਆਂ ਜਿਹਦੀ ਕੋਈ 5-6 ਕਿੱਲੇ ਜ਼ਮੀਨ ਹੈ ਉਦੀ 3-4 ਲੱਖ ਦੀ ਲਿਮਿਟ ਬਣ ਜਾਂਦੀ 10-12 ਕਿੱਲਾਂ ਵਾਲੇ ਦੀ 7-8 ਲੱਖ ਦੀ ਜਾਂ ਜਿਹੜੇ ਵੀ ਬੈਂਕ ਨਾਲ ਤੁਹਾਡਾ ਟਾਈ-ਅੱਪ ਹੈ ਜ਼ਿਆਦਾਤਰ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਸੁਸਾਇਟੀ ਵੀ ਕਹਿ ਦਿੰਨੇ ਇਸ ਨੂੰ ਆਪਾਂ ਕਿ ਮੈਂ ਸੁਸਾਇਟੀ ਭਰਨ ਗਿਆ ਜਾਂ ਮੈਂ ਲਿਮਿਟ ਭਰਨੀ ਹੈ ਲਿਮਿਟ ਨਵੀਂ ਕਰਾਣੀ ਹੈ ਇਹ ਸਾਰੀਆਂ ਚੀਜ਼ਾਂ ਬਾਰੇ ਅੱਜ ਆਪਾਂ ਗੱਲ ਕਰਨੀ ਹੈ ਕਿ ਕਿਸਾਨ ਵੀਰ ਹੋਰ ਕਿੱਦਾਂ ਜ਼ਿਆਦਾ ਫਾਇਦਾ ਲੈ ਸਕਦੇ ਨੇ ਆਪਣੇ ਇਸ ਕਿਸਾਨ ਕ੍ਰੈਡਿਟ ਕਾਰਡ ਤੋਂ ਇਹ ਜਿਹੜੀ ਲਿਮਿਟ ਹੈ ਨਾ ਬੈਂਕ ਦੀ ਇਸ ਨੂੰ ਆਪਾਂ ਕਿਸਾਨ ਕ੍ਰੈਡਿਟ ਕਾਰਡ ਵੀ ਕਹਿ ਸਕਦੇ ਹਾਂ 1998-99 ਦੇ ਵਿੱਚ ਇਹ ਸਕੀਮ ਸ਼ੁਰੂ ਹੋਈ ਸੀ RBI ਨੇ ਨਵਾੜ ਬੈਂਕ ਦੇ ਨਾਲ ਮਿਲ ਕੇ ਸਕੀਮ ਚਲਾਈ ਸੀ ਤੇ ਜਿੰਨੇ ਵੀ ਪਬਲਿਕ ਸੈਕਟਰ ਕਮਰਸ਼ੀਅਲ ਜਾਂ ਕੋਆਪਰੇਟਿਵ ਬੈਂਕ ਨੇ ਉਹਨਾਂ ਸਾਰਿਆਂ ਨੂੰ ਕਿਹਾ ਸੀ ਕਿ ਤੁਸੀਂ ਤੁਸੀਂ 7% ਵਿਆਜ ਤੇ ਕਿਸਾਨਾਂ ਨੂੰ ਇਹ ਲੋਨ ਦੇਵੋਗੇ ਜਿਹੜਾ ਕਿ ਕਿਸਾਨ ਛਿਮਾਹੀ ਬਾਅਦ ਭਰੇਗਾ ਔਰ ਇਸ 7% ਵਿਆਜ ਦੇ ਵਿੱਚੋਂ 3% ਜਿਹੜੀ ਵਿਆਜ ਦੀ ਮਾਫੀ ਹੈ ਉਹ ਯਾਨੀ ਕਿ ਸੈਂਟਰਲ ਗਵਰਨਮੈਂਟ ਪੇ ਕਰੇਗੀ ਆਉਂਦੀ ਹੈ ਨਾ ਮਾਫੀ ਆਪਾਂ ਨੂੰ ਵਿਆਜ ਲੱਗਦੀ ਹੈ 7% ਅਗਰ ਆਪਾਂ 6 ਮਹੀਨੇ ਬਾਅਦ ਉਹ ਸਾਰੀ ਲਿਮਟ ਘੁਮਾ ਦਿੰਨੇ ਆ ਜਿੰਨੇ ਪੈਸੇ ਵਰਤੇ ਨੇ ਉਹ ਭਰ ਦਿੰਨੇ ਆ ਤੇ ਮੁੜ ਕੇ ਆਪਾਂ ਨੂੰ ਦੁਬਾਰਾ ਤੋਂ ਪੈਸੇ ਮਿਲ ਜਾਂਦੇ ਨੇ ਅਸਲ ਦੇ ਵਿੱਚ ਇਹ ਚੀਜ਼ ਬਹੁਤ ਜਿਆਦਾ ਵਧੀਆ ਸੀ ਮੈਂ ਕਹਣਾ ਇਦੋਂ ਘੱਟ ਕ੍ਰੈਡਿਟ ਜਾਂ ਇਦੋਂ ਘੱਟ ਲੋਨ ਕਿਸੇ ਕਿਸਾਨ ਨੂੰ ਕੋਈ ਸਕੀਮ ਮੈਨੂੰ ਤਾਂ ਅਜੇ ਤੱਕ ਮਿਲੀ ਨਹੀਂ ਸ਼ਾਇਦ ਵੀ ਇਦੋਂ ਘੱਟ ਲੋਨ ਹੁੰਦਾ ਹੋਵੇ ਲੇਕਿਨ ਇਹ ਲਿਮਟ ਜਾਂ ਕਿਸਾਨ ਕ੍ਰੈਡਿਟ ਕਾਰਡ ਸਭ ਤੋਂ ਘੱਟ ਵਿਆਜ ਤੇ ਆਪਾਂ ਨੂੰ ਮਿਲਦਾ ਹੈ ਔਰ ਇਹ ਬਣਾਇਆ ਗਿਆ ਸੀ ਕਿ ਕਿਸਾਨਾਂ ਦੀਆਂ ਜਿਹੜੀਆਂ ਲੋੜਾਂ ਨੇ ਫਸਲ ਵੱਢਣ ਤੋਂ ਬਾਅਦ ਜਦੋਂ ਨਵੀਂ ਫਸਲ ਬੀਜਦਾ ਕਿਸਾਨ ਤਾਂ 5-6 ਮਹੀਨਿਆਂ 'ਚ ਫਸਲ ਤਿਆਰ ਹੁੰਦੀ ਹੈ ਉਸ ਪੀਰੀਅਡ ਦੌਰਾਨ ਉਹਦੇ ਕਿਸਾਨ ਦੇ ਨਿੱਕੇ-ਮੋਟੇ ਖਰਚੇ ਹੁੰਦੇ ਨੇ ਤੇ ਉਹਨਾਂ ਦੀ ਪੂਰਤੀ ਦੇ ਲਈ ਇਹ ਯਾਨੀ ਕਿ ਕ੍ਰੈਡਿਟ ਮੁਹੱਈਆ ਕਰਵਾਇਆ ਗਿਆ 1998-99 ਦੇ ਵਿੱਚ ਤੇ ਮੈਨੂੰ ਲੱਗਦਾ ਨਹੀਂ ਕਿ ਸ਼ਾਇਦ ਹੀ ਕੋਈ ਐਸਾ ਕਿਸਾਨ ਹੋਵੇ ਬਹੁਤ ਰੇਅਰ ਹੋਣਗੇ ਕਿ ਜਿਨ੍ਹਾਂ ਦੀ ਲਿਮਟ ਨਾ ਹੋਵੇ ਕਿਉਂ ਕਿ ਇਹਦੇ ਤੇ ਮਾਫੀ ਵੀ ਆ ਜਾਂਦੀ ਹੁੰਦੀ ਹੈ ਪਤਾ ਹੈ ਕਿ ਸਾਨੂੰ ਉਹਨੇ ਕਈ ਵਾਰੀ ਮਾਫ ਵੀ ਹੋ ਜਾਂਦੀ ਹੈ ਤਾਂ ਫਿਰ ਤੋਂ ਦੁਬਾਰਾ ਆਪਾਂ ਇਹ ਲੈ ਲੈਣੇ ਆ ਇਹ ਚੀਜ਼ ਬਹੁਤ ਵਧੀਆ ਹੈ ਲੇਕਿਨ ਇਸ ਨੂੰ ਅਸੀਂ ਵਰਤ ਨਹੀਂ ਸਹੀ ਰਏ ਵਰਤ ਕਿਵੇਂ ਨਹੀਂ ਸਹੀ ਰਏ ਕਿ ਜਿਵੇਂ ਆਪਣਾ ਕ੍ਰੈਡਿਟ ਕਾਰਡ ਹੈ ਆਮ ਕ੍ਰੈਡਿਟ ਕਾਰਡ ਨੂੰ ਅਸੀਂ ਯੂਜ਼ ਕਰਦੇ ਹਾਂ ਇੱਕ ਮਹੀਨਾ ਜਿੰਨਾ ਬਿੱਲ ਬਣਦਾ ਉਹ ਅਸੀਂ ਉਹਦੀ ਅਮਾਉਂਟ ਪੇ ਕਰ ਦਿੰਨੇ ਨਹੀਂ ਪੇ ਕਰਦੇ ਤੇ ਵਿਆਜ ਲੱਗਦੀ ਬਹੁਤ ਭਾਰੀ ਉਹ ਥੋੜਾ ਅਲੱਗ ਕ੍ਰੈਡਿਟ ਕਾਰਡ ਹੈ ਲੇਕਿਨ ਇਹਦਾ ਸਟਰਕਚਰ ਇਹੀ ਹੈ ਇਹਦੇ ਵਿੱਚ ਵੀ ਸਾਨੂੰ ਇੱਕ ਇਲੈਕਟ੍ਰੋਨਿਕ ਕ੍ਰੈਡਿਟ ਕਾਰਡ ਮਿਲਦਾ ਲੇਕਿਨ ਅਸੀਂ ਕਦੇ ਜਾ ਕੇ ਬੈਂਕਾਂ ਕੋਲ ਪੁੱਛਿਆ ਹੀ ਨਹੀਂ ਪੁੱਛੀਏ ਵੀ ਕਿਵੇਂ ਸਾਰੀ ਰਕਮ ਤੇ ਇੱਕ ਵਾਰੀ ਯੂਜ਼ ਕੀਤੀ ਜੀ ਅਸੀਂ ਜਿੱਦੀ ਜਦੋਂ ਵੀ ਲਿਮਟ ਬਣੀ ਹੈ ਉਹਨੇ ਉਦੋਂ ਦਾ ਹੀ ਉਹ 5 ਲੱਖ ਯੂਜ਼ ਕੀਤਾ ਮੋੜ ਕੇ 20 ਸਾਲ ਹੋ ਗਏ ਨੇ ਬਸ ਭਰੀ ਜਾਣੇ ਆ ਕਢਾਈ ਜਾਣੇ ਆ ਭਰੀ ਜਾਣੇ ਆ ਕਢਾਈ ਜਾਣੇ ਪੈਸੇ ਤੇ ਸਾਡੇ ਹੀ ਹੋ ਗਏ ਉਹ ਜਦੋਂ ਪਹਿਲੀ ਵਾਰੀ ਲਿਮਟ ਕਢਾਈ ਸੀ ਬਸ ਉਦੋਂ ਵਰਤੋਂ ਚਾਏ ਸੀ ਕਿ ਮੈਨੂੰ 5 ਲੱਖ 3 ਲੱਖ 10 ਲੱਖ 20 ਲੱਖ ਜਿੰਨੇ ਦੀ ਵੀ ਤੁਹਾਡੀ ਲਿਮਟ ਹੈ ਵੀ ਉਹ ਬੈਂਕ ਨੇ ਦਿੱਤੇ ਆ ਉਸ ਤੋਂ ਬਾਅਦ ਤਾਂ ਅਸੀਂ ਬਸ ਨਵੇਂ ਪੁਰਾਣੇ ਕਰਦੇ ਰਹੇ ਆ ਤੇ ਉਹ ਯਾਨੀ ਕਿ ਬੰਦ ਕਰਾਣੀਆਂ ਵੀ ਬਹੁਤ ਔਖੀਆਂ ਹੁੰਦੀਆਂ ਨੇ ਜਿਹਦੀ 6 ਲੱਖ ਦੀ 10 ਲੱਖ ਦੀ ਲਿਮਟ ਹੈ ਹੁਣ 6 ਲੱਖ ਇਕੱਠਾ ਭਰੋਗੇ ਅੱਗੋਂ ਨਹੀਂ ਕਢਾਓਗੇ ਤਾਂ ਤੁਹਾਡੀ ਲਿਮਟ ਬੰਦ ਹੈ ਉਹ ਜਿਹੜਾ ਲੋਨ ਹੈ ਕੇਸੀਸੀ ਬੰਦ ਹੋ ਜਾਏਗਾ ਲੇਕਿਨ ਕੋਈ ਕਰਾਉਂਦਾ ਨਹੀਂ ਹੈ ਬੰਦ ਇੱਕ ਤਾਂ ਵਿਆਜ ਬਹੁਤ ਘੱਟ ਹੈ 3% ਮਾਫੀ ਆ ਜਾਂਦੀ ਹੈ ਤਾਂ ਜਿਹੜੀ ਵਿਆਜ ਪੈਂਦੀ ਹੈ ਉਹ ਤਾਂ 4% ਹੀ ਪਈ ਸਾਰੀ ਆਪਾਂ ਨੂੰ ਠੀਕ ਹੈ ਇਸ ਕਰਕੇ ਸਾਰੇ ਕਿਸਾਨ ਕ੍ਰੈਡਿਟ ਕਾਰਡ ਲੈਂਦੇ ਨੇ ਯਾਨੀ ਕਿ ਲਿਮਟਾਂ ਬਣਵਾਉਂਦੇ ਨੇ ਹੁਣ ਮੈਂ ਜਿਹੜੀ ਗੱਲ ਕਹਿਣ ਜਾ ਰਿਹਾ ਨਾ ਇਸ ਨੂੰ ਵੀ ਅਸੀਂ ਇੱਕ ਅੱਛੇ ਕ੍ਰੈਡਿਟ ਕਾਰਡ ਦੀ ਤਰ੍ਹਾਂ ਯੂਜ਼ ਕਰ ਸਕਦੇ ਹਾਂ ਇੱਕੋ ਵਾਰੀ ਬੈਂਕ ਨਹੀਂ ਕਹਿੰਦਾ ਕਿ ਤੁਸੀਂ ਪੈਸੇ ਲੈ ਜਾਓ ਜਿੱਦੀ ਸਪੋਜ਼ ਕਰੋ ਕਿ 2.5 ਲੱਖ ਦੀ ਲਿਮਟ ਹੈ ਠੀਕ ਹੈ ਜੀ 7 ਲੱਖ ਦੀ ਲਿਮਟ ਹੈ ਵੀ 6 ਮਹੀਨੇ ਬਾਅਦ ਪੈਸੇ ਭਰਦੇ ਆ ਉਹਦੇ ਚ ਕੀ ਹੈ ਕਿ ਤੇਰੀ ਲਿਮਟ 2.5 ਲੱਖ ਦੀ ਹੈ ਵੀ 2.5 ਲੱਖ ਤੱਕ ਤੂੰ 6 ਮਹੀਨੇ ਸਾਲ ਇੱਕ ਪੈਸੇ ਚਲਾਏਗਾ ਜਿੰਉ ਜਿੰਨੀ ਲੋੜ ਹੈ ਓਨੇ ਕਢਾ ਕੇ ਲੈ ਜਾਓ 6 ਮਹੀਨੇ ਬਾਅਦ ਹਿਸਾਬ ਕਰਾਂਗੇ 180 ਬਣ ਗਿਆ 240 ਬਣ ਗਿਆ 2 ਲੱਖ ਬਣ ਗਿਆ ਜਾਂ ਤੁਸੀਂ 50 ਹਜ਼ਾਰ ਯੂਜ਼ ਕੀਤਾ ਤਾਂ ਜਿਹੜੀ 7% ਵਿਆਜ ਹੈ ਇਹ ਓਨੇ ਪੈਸਿਆਂ ਤੇ ਪਵੇਗੀ ਜਿੰਨੇ ਤੁਸੀਂ ਵਰਤੇ ਆ ਪਰ ਹੁੰਦਾ ਕੀ ਆਪਾਂ ਸਾਰੇ ਇਕੱਠੇ ਕਢਾਏ ਹੁੰਦੇ ਨੇ ਚਲੋ ਉਹ ਵੀ ਗੱਲ ਠੀਕ ਏ ਕਿਸ ਨੇ ਕੋਈ ਟਰੈਕਟਰ ਲੈਣਾ ਮਸ਼ੀਨਰੀ ਲੈਣੀ ਏ ਉਹ 4 ਲੱਖ 10 ਲੱਖ ਉਸ ਨੇ ਇਕੱਠਾ ਕਢਾ ਲਿਆ ਮੁੜ ਕੇ ਉਹ ਭਰੀ ਗਿਆ ਪਰ ਜਿਨ੍ਹਾਂ ਦੇ ਕੋਲ ਵੀ ਮਾੜੀ ਮੋਟੀ ਗੁੰਜਾਇਸ਼ ਹੈਗੀ ਏ ਉਹ ਇਹਨਾਂ ਪੈਸਿਆਂ ਨੂੰ ਇੱਕ ਵਾਰ ਨਾ ਵਰਤ ਕੇ ਤਾਂ ਅਗਰ ਥੋੜੇ ਥੋੜੇ ਲੋਡ ਪੈਣ ਤੇ ਵਰਤੋ ਤੇ ਚੰਗੀ ਗੱਲ ਏ ਤੇ ਜਿਹੜੇ ਮੈਂ ਕਾਰਡ ਦੀ ਗੱਲ ਕੀਤੀ ਏ ਨਾ ਇੱਕ ਚਿਪ ਵਾਲਾ ਕਾਰਡ ਜਿਵੇਂ ਆਪਣਾ ਏਟੀਐਮ ਹੁੰਦਾ ਹੈ ATM ਦੇ ਵਾਂਗੂ ਹੀ ਆਪਾਂ ਨੂੰ ਮਿਲਦਾ ਤੇ ATM ਤੇ ਵੀ ਜਾ ਕੇ ਆਪਾਂ ਉਹਦੇ ਚੋਂ ਪੈਸੇ ਕਢਵਾ ਸਕਦੇ ਆ ਦੂਜੇ ਕ੍ਰੈਡਿਟ ਕਾਰਡ ਵਾਂਗੂ ਉਹਦੇ ਤੇ ਇੰਨਾ ਖਰਚਾ ਨਹੀਂ ਪੈਂਦਾ ਆਪਣੇ ਬੈਂਕ ਜਾ ਕੇ ਜਿੱਥੇ ਵੀ ਤੁਹਾਡੀ ਲਿਮਟ ਬਣੀ ਹੈ ਜਾ ਕੇ ਪੁੱਛਿਓ ਜਰੂਰ ਕਿ ਮੈਨੂੰ ਮੇਰੇ ਕ੍ਰੈਡਿਟ ਕਾਰਡ ਦਾ ਜਾਂ ਜਿਹੜੀ ਮੇਰੀ ਲਿਮਟ ਹੈ ਉਹਦਾ ਮੈਨੂੰ ਇੱਕ ਕਾਰਡ ਦਿਓ ATM ਕਾਰਡ ਦਿਓ ਮੈਨੂੰ ਜਿੰਨੀ ਲੋਡ ਹੋਏਗੀ ਮੈਂ ਓਨੇ ਪੈਸੇ ਵਰਤ ਲਵਾਂਗਾ ਅਗਰ ਇਦਾਂ ਯੂਜ਼ ਹੋਣ ਲੱਗ ਜੇ ਤੇ ਮੈਂ ਕਹਿੰਨਾ ਕਿ ਅਸੀਂ ਜੋ ਵਿਆਜੀ ਪੈਸੇ ਚੱਕ ਕੇ ਫਸਲ ਤੇ ਖਰਚਾ ਕਰਦੇ ਹਾਂ ਬਹੁਤ ਜ਼ਿਆਦਾ ਵਿਆਜ ਦੇ ਉੱਤੇ ਉਹਦੇ ਤੋਂ ਬਚਾ ਕੀਤਾ ਜਾ ਸਕਦਾ ਹੈ ਇਹ ਸਕੀਮ ਬਹੁਤ ਵਧੀਆ ਤੇ ਲੇਕਿਨ ਜਦੋਂ ਲਿਮਟ ਦੀ ਵਾਰੀ ਆਉਂਦੀ ਹੈ ਉਹ ਇਦਾਂ ਲੱਗਦਾ ਕਿ ਬਸ ਇੱਕੋ ਵਾਰੀ ਸਾਡੇ ਨਾਲ ਉਹ ਨੱਥੀ ਹੋਈ ਪਈ ਹੈ ਚੀਜ਼ ਮੈਂ ਕਹਿੰਦਾ ਨਾ ਬੈਂਕਾਂ ਦੀਆਂ ਲਿਮਟਾਂ ਵਾਂਗੂ ਆੜੀ ਸਾਡੇ ਪੱਕੇ ਨੇ ਪੱਕੇ ਐਨੇ ਨੇ ਕਿ ਇਹ ਲਿਮਟ ਇੱਕ ਵਾਰੀ ਬਣ ਗਈ ਤੇ ਬਸ ਚੱਲੀ ਹੋਈ ਜਾਂਦੀ ਹੈ ਬਹੁਤ ਰੇਅਰ ਸਮਾ ਇਹ ਸਾ ਹੁੰਦਾ ਹੈ ਕਿ ਇਸ ਨੂੰ ਕੋਈ ਕਿਸਾਨ ਬੰਦ ਕਰਾਉਂਦਾ ਹੈ ਕਿਉਂਕਿ ਖਰਚੇ ਹੀ ਇੰਨੇ ਹੁੰਦੇ ਆ ਇਹ ਬਸ ਚੱਲਦੀ ਇਹ ਤਾਂ ਚਲੀ ਜਾਵੇ ਇਸ ਕਰਕੇ ਅਗਰ ਇਸ ਨੂੰ ਅਸੀਂ ਕਿਸ਼ਤਾਂ ਦੇ ਵਿੱਚ ਯੂਜ਼ ਕਰਨਾ ਸ਼ੁਰੂ ਕਰ ਦਾਂਗੇ ਤੇ ਅਸੀਂ ਕ੍ਰੈਡਿਟ ਕਾਰਡ ਦਾ ਜ਼ਿਆਦਾ ਫਾਇਦਾ ਲੈ ਸਕਦੇ ਹਾਂ ਇੱਕ ਵਾਰ ਤੁਸੀਂ ਜਿੱਥੇ ਵੀ ਤੁਹਾਡਾ ਕ੍ਰੈਡਿਟ ਕਾਰਡ ਹੈਗਾ ਯਾਨੀ ਕਿ ਕਿਸਾਨ ਕ੍ਰੈਡਿਟ ਕਾਰਡ ਮਾਫ ਕਰਨਾ ਜਾਂ ਲਿਮਟ ਹੈਗੀ ਏ ਉਸ ਬੈਂਕ 'ਚ ਜਾਓ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਜਾਓ ਤੇ ਉੱਥੇ ਹੋਰ ਵੀ ਸਕੀਮਾਂ ਪੁੱਛੋ ਕਿ ਨਵੇਂ ਸੰਦ ਵਗੈਰਾ ਲੈਣੇ ਨੇ ਖੇਤੀਬਾੜੀ ਦੇ ਗਰੁੱਪ ਬਣਾ ਕੇ ਬੜੀਆਂ ਐਸੀਆਂ ਸਬਸਿਡੀਆਂ ਨੇ ਜਿਨ੍ਹਾਂ ਦਾ ਕਿਸਾਨਾਂ ਨੂੰ ਪਤਾ ਤੱਕ ਨਹੀਂ ਲੱਗਦਾ ਇਸ ਕਰਕੇ ਕਈ ਵਾਰੀ ਉੱਪਰਲੇ ਕਿਸਾਨ ਜਿਨ੍ਹਾਂ ਦਾ ਸਹੈਚਾਰ ਜ਼ਿਆਦਾ ਹੁੰਦਾ ਕਿਸੇ ਖੇਤੀਬਾੜੀ ਦੇ ਅਧਿਕਾਰੀ ਦੇ ਨਾਲ ਜਾਂ ਕਿਸੇ ਵੀ ਹੋਰ ਬੈਂਕ ਮੈਨੇਜਰ ਦੇ ਨਾਲ ਤਾਂ ਉਹਨਾਂ ਨੂੰ ਸਕੀਮਾਂ ਛੇਤੀ ਪਤਾ ਲੱਗ ਜਾਂਦੀਆਂ ਨੇ ਆਮ ਪਿੰਡਾਂ ਤੱਕ ਇਹ ਚੀਜ਼ਾਂ ਨਹੀਂ ਪਹੁੰਚਦੀਆਂ ਤੁਸੀਂ ਇੱਕ ਵਾਰੀ ਜ਼ਰੂਰ ਜਾਣਾ ਉਸ ਬੈਂਕ ਜਿੱਥੇ ਤੁਹਾਡੀ ਲਿਮਟ ਹੈ ਉੱਥੇ ਤੁਸੀਂ ਕਾਰਡ ਦੀ ਮੰਗ ਕਰਨੀ ਹੈ ਤਾਂ ਕਿ ਜਦੋਂ ਜਿੰਨੀ ਜ਼ਰੂਰਤ ਹੈ ਉਹਨੇ ਤੁਸੀਂ ਪੈਸੇ ਕਢਾ ਸਕੋ ਦੂਜਾ ਤੁਸੀਂ ਜਾਣਾ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਤੇ ਉੱਥੇ ਜਾ ਕੇ ਮੈਨੇਜਰ ਸਾਹਿਬ ਨਾਲ ਗੱਲ ਕਰੋ ਕਿ ਠੀਕ ਐ ਹਰੇਕ ਸ਼ਮਾਈ ਹਰੇਕ ਸਾਲ ਅਸੀਂ ਰੇ ਪੱਤਾ ਯੂਰੀਆ ਡੀਏਪੀ ਸਾਰਾ ਕੁਝ ਖਾਦਾਂ ਖੜਦੇ ਆ ਤੇ ਉਹਦੇ ਬਾਅਦ ਚ ਪੈਸੇ ਭਰ ਦਿੰਨੇ ਆ ਉਹ ਵੀ ਆਪਾਂ ਨੂੰ 7% ਹੀ ਪੈਂਦਾ ਤੇ ਲੇਕਿਨ ਉਹਦੇ ਤੋਂ ਇਲਾਵਾ ਸਾਨੂੰ ਕੋਈ ਕੋਈ ਸਕੀਮ ਕੋਈ ਸ਼ੈੱਡ ਬਣਾਉਣ ਦੀ ਕੋਈ گاਵਾ ਮੱਜਾਂ ਤੇ ਲੋਨ ਹੈ ਜਾਂ ਕੋਈ ਨਵੀਂ ਮਸ਼ੀਨਰੀ ਲੈਣੀ ਹੈ ਕਿਸੇ ਵੀ ਤਰ੍ਹਾਂ ਦੇ ਲੋਨ ਨੇ ਉਹ ਕੋਆਪਰੇਟਿਵ ਸੁਸਾਇਟੀਆਂ ਚ ਆਉਂਦੇ ਨੇ ਤੁਸੀਂ ਜਾ ਕੇ ਉੱਥੇ ਗੱਲ ਜਰੂਰ ਕਰੋ ਤੇ ਆਪਣੇ ਬੈਂਕ ਵੀ ਜਾ ਕੇ ਵਿਜ਼ਿਟ ਕਰੋ ਇਸ ਕਰਕੇ ਕਿਸਾਨ ਕ੍ਰੈਡਿਟ ਕਾਰਡ ਬਹੁਤ ਅੱਛੀ ਇਹ ਸਕੀਮ ਹੈ ਸੈਂਟਰ ਗਵਰਨਮੈਂਟ ਦੀ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਦੀ ਤੇ ਇਸ ਨੂੰ ਲੇਕਿਨ ਵਰਤੇ ਅਗਰ ਸਹੀ ਜਾਏ ਤੇ ਮੈਂ ਕਹਿੰਨਾ ਇਹਦਾ ਫਾਇਦਾ ਬਹੁਤ ਹੋ ਸਕਦਾ ਹੈ 5 ਸਾਲ ਬਾਅਦ ਇਹ ਤੁਹਾਡੀ ਜਿਹੜੀ ਲਿਮਟ ਹੈ ਇਹ ਰੀਨਿਊ ਹੁੰਦੀ ਹੈ ਇੱਕ ਕਿੱਲੇ ਤੇ ਮੈਨੂੰ ਲੱਗਦਾ 80000 ਤੋਂ ਲੱਖ ਸਵਾ ਲੱਖ ਤੱਕ ਦੀ ਲਿਮਟੇ ਬਣ ਜਾਂਦੀ ਹੈ ਬਾਕੀ ਬੈਂਕ ਟੂ ਬੈਂਕ ਵੈਰੀ ਕਰਦਾ ਲੇਕਿਨ ਵਿਆਜ ਸਾਰੇ 7% ਹੀ ਲਾਉਂਦੇ ਨੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਕੋਈ ਗੱਲ ਬਾਤ ਤੁਹਾਨੂੰ ਇਸ ਚੀਜ਼ ਬਾਰੇ ਹੋਰ ਜਾਣਕਾਰੀ ਹੋਵੇ ਤਾਂ ਕਮੈਂਟ ਦੇ ਵਿੱਚ ਜ਼ਰੂਰ ਲਿਖਿਓ ਬਹੁਤ ਬਹੁਤ ਮਿਹਰਬਾਨੀ ਜੀ